सुल्तानपुर लोधी का पिंड बुसोवाल जिथों के दो परिवारों के विच लड़ाई झगड़ा रुकन का नाम नहीं लै रहा। यह परिवार एक दूसरे के उत्ते कई बार हमला कर चुके हैं, कई बार इन्हां दे विच आपसी रंजिश के चलते लड़ाई झगड़े हो चुके हैं। एक बार फिर तो अजिही घटना वापरी है जिथे कि दोनों पक्षों के जो है दस्या जा रहा है कि 5 लोग जख्मी हो गए हैं, 2 महिलावां समेत 2 होर जिहड़े लोग ने वो इस घटना के विच हुण जख्मी हुए हैं। दोनों पक्ष एक दूसरे के उत्ते गंभीर दोष भी लगाते हुए नजर आ रहे हैं। सानू न्याय मिलना चाहिए, सानू की मिलना, इन्हों का कोई रौला रप्पा, इन्हों का आपस में मुंडिया मुंडिया का जिदा है, अही तो सिर्फ गोलियां तो रोकते ही, गोलियां तो नहीं रुके, इन्होंने जबरदस्ती आ मेरे गल पै गए। नहीं मैं बाहर से, मैनू बाहर मेरी नूह ने फोन करके सद्या ही, कल्ले घर ही पहले, मगर ही उन्होंने मोटरसाइकिल भी तोड़ता, जो पांडा ठीकर सब तोड़ कर दिता। मैं है कल्ले तो कल्ले तो लगी हाँ, तो कल्ले नहीं होना। ਵਿਜੇ ਮੇਰਾ ਨਾਮ ਆ, ਪਿੰਡ ਬੂਸੋਵਾਲ, ਸਾਨੋ ਭਰਾਏ ਕੁਮਾਰ ਆ। ਭਾਈ ਮੇਰਾ ਸੀ ਜਨਮ ਦਿਨ, ਮੇਰੀ ਮਾਸੀ ਦੇ ਮੁੰਡੇ ਮੇਰੇ ਤੋਂ ਆਏ ਆ, ਠੀਕ ਆ ਨਾ ਭਾਈ। ਜਦੋਂ ਕੋਈ ਗੱਲਬਾਤ ਹੋਈ, ਇਹ ਹੋਰ ਬੈਸਾ ਬੈਸਦਾ ਹੀ ਹੋਰ ਮੁੰਡਿਆਂ ਨਾ, ਮਾਮੇ ਦੇ ਆ, ਮੁਹੱਲੇ 'ਚ ਲੱਗਦੇ, ਅਸੀਂ ਛਡਾ ਤੇ ਇਹ ਘਰੋਂ ਘਰ ਚਲੇ ਗਏ ਭਾਈ। ਮੈਨੂੰ ਸਾਰੇ ਪਿੰਡ ਦੇ ਕਹਿੰਦੇ ਤੂੰ ਘਲਾ ਦੇ ਚੱਲ, ਜਨਮ ਦਿਨ ਵਿਆਹ ਵੀ ਸੀ ਸਾਡੇ ਭਾਈ, ਨਾਲ ਹੀ ਘਰੇ ਦੇ ਮੁੰਡੇ ਦਾ, ਉਹਨਾਂ ਦੇ ਘਰੇ ਮੁੰਡੇ ਆ ਸੀ, ਇਹਨੇ ਕਿਹਾ ਕਿ ਤੇ ਮੇਰਾ ਕਰਕੇ ਆਏ। ਮੈਂ ਭਾਜੀ ਘਲਾਤੇ, ਅੱਧੇ ਘੰਟੇ ਬਾਅਦ ਭਾਈ ਇਹ ਮੁੰਡੇ ਲੈ ਕੇ ਮੇਰੇ ਘਰ ਪੈ ਗਿਆ। ਮੈਂ ਇਹਨਾਂ ਨੇ ਚੀਕਾਂ, ਮੈਂ ਗੇਟ ਖੋਲ੍ਹਿਆ, ਇਹਨਾਂ ਨੇ ਮੈਨੂੰ ਵਾਲਾਂ ਤੋਂ ਫੜ ਕੇ ਖਿੱਚ ਲਿਆ, ਨਾਲੇ ਭਾਈ ਮੇਰਾ 7-8 ਹਜ਼ਾਰ ਰੁਪਇਆ ਜੇਬ 'ਚ ਲਏ, ਨਾਲੇ ਮੇਰਾ ਫੋਨ ਲੈ ਗਏ ਭਾਈ ਚੱਕ ਕੇ। ਹਾਂਜੀ ਕੋਈ ਨਹੀਂ, ਇਹ ਨਰੇਗਾ ਤੋਂ ਆਉਂਦਾ ਹੀ, ਅਤੇ ਕਮੇਟੀ ਲਾ ਕੇ ਬੋਰੇ ਭਰ ਦੇ ਗਏ, ਬੋਰੇ ਭਰਦੇ ਭਰਦੇ ਪਿੰਡ ਨੂੰ ਜਾਣ ਡਿਆ ਨਹੀਂ, ਗੱਡੀ ਤੇਜ਼ ਮਾਰੀ ਵਿੱਚ ਸਿੱਟ ਦਾ, ਸਾਨੂੰ ਨਿਕਲਾ ਸਾਰ ਦਾਤਰ ਮਰਨ ਲੱਗ ਪਿਆ ਜੀ, ਇਹਨੇ ਦਾਤਰ ਮਾਰੀ ਜੀ। ਮੈਂ ਤੇ ਇੱਕ ਹੋਰ ਬੰਦਾ ਸਾਡੇ ਪਿੰਡ ਦਾ ਨਰੇਗਾ ਤੇ, ਉਹ ਕੰਮ ਕਰਦਾ ਜੀ, ਉਹ ਵੀ ਸਾਡੇ ਨਾਲ ਹੀ ਆ ਜੀ, ਉਹਨੂੰ ਕੋਈ ਪੁੱਛ ਲਓ ਜੀ। ਵਜ੍ਹਾ ਨਹੀਂ ਕੋਈ ਨਹੀਂ ਜੀ, ਆ ਮੁੰਡੇ ਨੂੰ ਮਾਰਨ ਆਏ ਕਿ ਅਸੀਂ ਇਹਨੂੰ ਛਡਾਇਆ ਜਾਂ ਇਹਨੂੰ ਕੁੱਟਦੇ, ਬੋਰਡ ਥੱਲੇ ਕੁੱਟਦੇ, ਇਹਨੂੰ ਬਹੁਤ ਮੰਡੀਰੀ ਹੈ, ਗੋਲੀਆਂ ਚਲਾਉਂਦਾ, ਇਹਨੂੰ ਮਾਰਨ ਆਇਆ ਹੈਗਾ, ਆਹ ਮੁੰਡਾ ਵੀ ਇੱਥੇ ਜੀ, ਮਾਰਨਾ, ਇਹਨੂੰ ਛਡਾਇਆ ਜਾਂ ਮੇਰੇ ਘਰ ਦੀ ਸਾਰੇ ਛਡਾਤਾ ਇਹਨੂੰ, ਮੈਂ ਉਹ ਖੋਰ ਕੱਢੀ ਇਹਨੇ, ਕਹਿੰਦਾ ਮਾਰ ਕੇ ਜਾਣਾ ਤੂੰ ਛਡਾਇਆ ਕਿ ਇਹਨੂੰ। ਇਸ ਤਰ੍ਹਾਂ ਜੀ, ਇੱਕ ਪਿੰਡ ਬੂਸੋਵਾਲ ਹੈ, ਉੱਥੇ ਪਰਸੋਂ ਸ਼ਾਮ ਨੂੰ ਝਗੜਾ ਹੋਇਆ ਸੀਗਾ, ਜਿਹਦਾ ਕਰਕੇ ਅਸੀਂ ਆਏ ਹਾਂ ਥਾਣਾ ਬੂਸੋਵਾਲ ਤੋਂ। ਔਰ ਇਹ ਪਤਾ ਲੱਗਾ ਸੀ ਵੀ ਜਿਹੜਾ ਬੂਸੋਵਾਲ ਝਗੜਾ ਹੋਇਆ, ਉਹਦੇ 'ਚ ਇੱਕ ਸਾਜਨ ਨਾਂ ਦਾ ਮੁੰਡਾ ਹੈ, ਉਹਨੇ ਹੁਣ ਦੁਬਾਰਾ ਫਿਰ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ ਕੋਲ ਇੱਕ ਵਿਅਕਤੀ ਨੂੰ ਫਿਰ ਦੁਬਾਰਾ ਆਪਦੇ ਸਾਥੀਆਂ ਨਾਲ ਆ ਕੇ ਸੱਟਾਂ ਮਾਰੀਆਂ ਜੀ, ਉਹ ਵੀ ਦਾਖਲ ਹੈ। ਉਹਦੇ ਵਾਸਤੇ ਵੀ ਜਿਹੜੇ ਡਿਊਟੀ ਅਫਸਰ ASA ਜੋਗਿੰਦਰ ਸਿੰਘ ਹੈ, ਉਹਨਾਂ ਨੂੰ ਥਾਣਾ ਸੁਲਤਾਨਪੁਰ ਲੋਧੀ ਤੋਂ ਉਹ ਵੀ ਆ ਗਏ ਨੇ, ਔਰ ਵੇਖ ਕੇ ਸਾਰਾ ਜੋ ਵੀ ਬਣਦੀ ਉਹ ਕਾਰਵਾਈ ਜਿਹੜੀ ਆ ਜਲਦੀ ਕਰ ਦਿੱਤੀ ਜਾਊਗੀ। ਦੋਸ਼ੀਆਂ ਦੇ ਖਿਲਾਫ ਦਾਖਲ ਹੈ ਜੀ। ਜਿਹੜਾ ਸਾਜਨ ਆ, ਜਿਹਦੇ ਬਾਰੇ ਹੁਣ ਸ਼ਿਕਾਇਤ ਕੀਤੀ ਜਾ ਰਹੀ ਹੈ ਵੀ ਉਹਨੇ ਆਪਦੇ ਸਾਥੀਆਂ ਦੇ ਨਾਲ ਆਣ ਕੇ ਸੱਟਾਂ ਮਾਰੀਆਂ, ਉਹਦਾ ਬਾਪ ਹੈ ਕੁਲਵੰਤ ਸਿੰਘ, ਉਹ ਵੀ ਦਾਖਲ ਹੈ।